ਸੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਬਹੁਤ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ
ਵਾਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਜਿਵੇਂ ਬੋਰਡ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਜਿਵੇਂ ਬੋਰਡ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ ਪਰ ਆਹ ਹੈ ਜੀ ਮਾਲਬਰੋ ਕੁਛ ਲੋਕਾਂ ਨੇ ਨਾ ਮਾਲਬਰੋ ਫੈਕਟਰੀ ਜਿੰਦਾਬਾਦ ਦਾ ਨਾਰਾ ਲਾਇਆ ਸੀ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਮਾਲਬਰੋ ਫੈਕਟਰੀ ਜਿੰਦਾਬਾਦ ਕੀਤਾ ਜਿਹੜਾ ਮਨੁੱਖਤਾ ਦਾ ਘਾਣ ਇਹ ਫੈਕਟਰੀ ਕਰਦੀ ਪਈ ਹੈ ਔਰ ਪਾਣੀ ਦਾ ਰੰਗ ਜਿਵੇਂ ਜਿਵੇਂ ਬੋਰਡ ਚੱਲਦਾ ਪਿਆ ਗੂੜੇ ਕਾਲੇ ਵਾਲੇ ਪਾਸੇ ਹੋਣ ਨੂੰ ਸ਼ੁਰੂ ਹੋ ਗਿਆ ਬਹੁਤ ਹੀ ਖਤਰਨਾਕ ਸਿਚੁਏਸ਼ਨ ਆ ਇਸ ਇਲਾਕੇ ਦੀ ਇਸ ਵੇਲੇ ਇਹੋ ਜਿਹੇ ਮਾਲਕਾਂ ਨੂੰ ਤੇ ਫਾਂਸੀ ਦੀ ਸਜ਼ਾ ਵੀ ਦੇ ਦੇਣੀ ਚਾਹੀਦੀ ਆ।